ਅੱਜ ਦੋਸਤੋ ਤੁਹਾਨੂੰ ਉਸ ਬਲੱਡ ਲਾਈਨ ਦੇ ਜਾਨਵਰ ਦਿਖਾਉਣੇ ਆ ਜੀ ਦਾ ਕਰੇਜ ਕਦੇ ਪੰਜਾਬ ਦੇ ਵਿੱਚ ਘਟਿਆ ਹੀ ਨਹੀਂ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਤੇ ਅੱਜ ਦੀ ਹੁਣ ਦੀ ਜਵਾਨੀ ਤੱਕ ਉਸ ਬਲੱਡ ਲਾਈਨ ਨੂੰ ਸਦਾ ਟੌਪ ਤੇ ਗਿਣਿਆ ਗਿਆ ਮੈਂ ਗੱਲ ਮੱਝੂ ਕੇ ਬਲੱਡ ਲਾਈਨ ਦੀ ਕਰਦਾ ਹਾਂ ਦੋਸਤੋ ਉਸ ਬਲੱਡ ਲਾਈਨ ਦੇ ਮੱਝੂ ਕੀ ਬਲੱਡ ਲਾਈਨ ਦੇ ਜਿਹੜੇ ਅੱਜ ਤੁਹਾਨੂੰ ਕੁਝ ਜਾਨਵਰ ਦਿਖਾਉਣੇ ਆ ਪਸੰਦ ਤੁਸੀਂ ਕਰਨੇ ਆ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਜਿਹੜੇ ਇਹ ਜਾਨਵਰ ਦਿਖਾ ਸਕਾਂ ਤੇ ਇਹਨਾਂ ਦੀ ਜਿਹੜੀ ਡਿਟੇਲ ਆ ਉਹ ਦੱਸ ਸਕਾਂ ਵੀਡੀਓ ਇਹ ਪਹਿਲਾਂ ਵੀ ਇੱਕ ਦਿਨ ਪਾਈ ਸੀਗੀ ਸੱਜਣੋ ਪਰ ਉਹਦੇ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਜਿਹੜੇ ਜਾਨਵਰ ਸ਼ੋ ਨਹੀਂ ਹੋ ਪਾਏ ਤੇ ਉਹਨਾਂ ਦੀ ਜਿਹੜੀ ਕੁਝ ਡਿਟੇਲ ਵੀ ਚੰਗੀ ਤਰ੍ਹਾਂ ਨਹੀਂ ਦੱਸੀ ਗਈ ਸੋ ਇਸ ਕਰਕੇ ਇਹਨਾਂ ਦੇ ਨਾਲ ਇਨਸਾਫ ਨਹੀਂ ਮੈਨੂੰ ਲੱਗਿਆ ਵੀ ਹੋ ਸਕਿਆ ਸੋ ਦੁਬਾਰਾ ਜਿਹੜੀ ਵੀਡੀਓ ਪਾਉਣ ਦਾ ਯਤਨ ਕੀਤਾ ਸੋ ਮੈਨੂੰ ਲੱਗਦਾ ਤੁਸੀਂ ਪਿਆਰ ਵੀ ਦਿਓਗੇ ਇਸ ਵੀਡੀਓ ਨੂੰ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਪਰ ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਉਹ ਵੀਡੀਓ ਥੋੜੀ ਜਿਹੀ ਚੰਗੀ ਤਰ੍ਹਾਂ ਉਹਦੇ ਵਿੱਚ ਡਿਟੇਲ ਹੈ ਜਿਹੜੀ ਉਹ ਨਹੀਂ ਦੱਸੀਗੀ। ਸੋ ਆਜੋ ਆਪਾਂ ਕਰਦੇ ਹਾਂ ਇਹਨਾਂ ਜਾਨਵਰਾਂ ਦੀ ਡਿਟੇਲ ਬਾਰੇ ਗੱਲਬਾਤ ਤੇ ਸਾਰੀ ਇਹਨਾਂ ਦੀ ਇਨਫਾਰਮੇਸ਼ਨ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਘੋੜਾ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋਸਤੋ ਜੰਗਬਾਜ਼ ਘੋੜਾ ਨਾਮ ਇਹਦਾ ਜੰਗਬਾਜ਼ ਹੈ। ਮੱਝੂ ਕੇ ਬਲੱਡ ਲਾਈਨ ਦਾ ਘੋੜਾ ਹੈ। ਬਹੁਤ ਖੂਬਸੂਰਤ ਬਾ ਕਮਾਲ ਇਹਦੇ ਜਿਹੜੇ ਕੱਟ ਕੰਡੀਸ਼ਨ ਇਹਦੀਆਂ ਜਿਹੜੀਆਂ ਬੰਤਰਾਂ ਹੈ। ਇਹਦਾ ਜਿਹੜਾ ਬਾਡੀ ਸਟਰਕਚਰ ਹੈ ਉਹ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਬਾ ਕਮਾਲ ਘੋੜਾ ਦੋਸਤੋ ਇਹਦੀ ਚਾਹੇ ਗਰਦਨ ਦੀ ਆਪਾਂ ਕੁਆਲਿਟੀ ਦੀ ਗੱਲ ਕਰੀਏ ਜਾਂ ਇਹਦੇ ਪਿੱਠਪੂੜੇ ਦੀ ਗੱਲ ਕਰੀਏ ਜਾਂ ਇਹ ਲੱਤਾਂ ਪੈਰਾਂ ਲੋ ਜੇ ਆਪਾਂ ਮਜ਼ਬੂਤੀ ਦੀ ਗੱਲ ਕਰੀਏ ਤਾਂ ਬਹੁਤ ਚੰਗਾ ਘੋੜਾ ਹੈ ਸੱਜਣ ਇਹ ਮੱਝੂ ਕੇ ਬਲੱਡ ਲਾਈਨ ਦਾ ਜਿਹੜਾ 나ਗ ਘੋੜਾ ਹੈ ਦੋਸਤੋ ਤਕਰੀਬਨ ਤੁਸੀਂ ਆਮ ਉਸ ਘੋੜੇ ਦਾ ਨਾਂ ਸੁਣਦੇ ਰਹੇ ਹੋ ਬਹੁਤ ਮਸ਼ਹੂਰ ਘੋੜਾ ਚੰਗਾ ਘੋੜਾ ਦੋਸਤੋ ਉਹਦਾ ਬੱਚਾ ਇੱਕ ਡਾਇਮੰਡ ਤੇ ਇਹ ਜਿਹੜਾ ਜੰਗਬਾਜ਼ ਘੋੜਾ ਦੋਸਤੋ ਇਹ ਡਾਇਮੰਡ ਘੋੜੇ ਦਾ ਬੱਚਾ ਹੈ। 나ਗ ਦਾ ਇਹ ਪੋਤਾ ਹੈ ਡਾਇਮੰਡ ਘੋੜੇ ਦਾ ਇਹ ਬੱਚਾ ਹੈ। ਕੰਨਾਂ ਦੀ ਤੁਸੀਂ ਖੂਬਸੂਰਤੀ ਚੈੱਕ ਕਰ ਲਓ। ਇਹਦੀ ਫੇਸ ਕੁਆਲਿਟੀ ਹੈ ਜਿਹੜੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਆ। ਜਾਂ ਇਹਦੀ ਗਰਦਨ ਦੀ ਜਿਹੜੀ ਬੰਤਰ ਹੈਗੀ ਹੈ ਉਹ ਵੀ ਤੁਸੀਂ ਦੇਖ ਸਕਦੇ ਆ ਦੋਸਤੋ। ਬਹੁਤ ਚੰਗਾ ਖੂਬਸੂਰਤ ਘੋੜਾ ਹੈ। 65+ ਜਿਹੜੀ ਇਸ ਟਾਈਮ ਤੇ ਹਾਈਟ ਕੀਤੀ ਹੋਈ ਹੈ ਇਹਦੀ। 5 ਸਾਲ ਉਮਰ ਇਸ ਘੋੜੇ ਦੀ ਹੈਗੀ ਆ ਦੋਸਤੋ ਸਟੱਡ ਸਰਵਿਸ ਆਸਤੇ ਓਪਨ ਕੀਤਾ ਹੋਇਆ ਬਾਬਾਈ ਹੁਣਾਂ ਨੇ 21000 ਰੁਪਿਆ ਇਹਦੀ ਜਿਹੜੀ ਜੈ ਜੀ ਫੀਸ ਬਾਬਾਈ ਹੁਣਾਂ ਨੇ ਰੱਖੀ ਹੈ ਬਾਕੀ ਫੇਰ ਵੀ ਉਹਨਾਂ ਨੇ ਇਹ ਸੁਨੇਹਾ ਉਹਨਾਂ ਲੋਕੇ ਜੇ ਕੋਈ ਸੱਜਣ ਪਿਆਰ ਵਾਲਾ ਆਉਂਦਾ ਤਾਂ ਫੇਰ ਭਾਈ ਉਹਨਾਂ ਦੇ ਨਾਲ ਖੜੇ ਹੈ ਸੋ ਰਿਜ਼ਲਟ ਬਹੁਤ ਚੰਗੇ ਆ ਰਹੇ ਆ ਇਸ ਘੋੜੇ ਦੇ ਉਹ ਵੀ ਤੁਹਾਨੂੰ ਆਪਾਂ ਨਾਲ ਸ਼ੋਅ ਕਰਤੇ ਆ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਸਾਰੀਆਂ ਘੋੜੀਆਂ ਇਸ ਘੋੜੇ ਤੋਂ ਜਿਹੜੀਆਂ ਮੇਟ ਹੋ ਚੁੱਕੀਆਂ ਤੇ ਹੋਰ ਵੀ ਘੋੜੀਆਂ ਜਿਹੜੀਆਂ ਇਸ ਘੋੜੇ ਕੋਲੇ ਆਉਂਦੀਆਂ ਦੋਸਤੋ ਸੋ ਬਹੁਤ ਚੰਗਾ ਘੋੜਾ ਹੈ ਕਪੂਰਥਲ ਏਰੀਏ ਦੇ ਵਿੱਚ ਜੇ ਕੋਈ ਸੱਜਣ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਜ਼ਰੂਰ ਬਾਬਾ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆਂ ਤੇ ਜੇ ਭਾਈ ਕਿਸੇ ਸੱਜਣ ਦਾ ਮਨ ਫਰਕਦਾ ਹੋਵੇ ਕਿ ਇਹ ਘੋੜਾ ਆਪਾਂ ਆਪਣੇ ਸਟੱਡ ਫਾਰਮ ਤੇ ਲਿਆ ਕੇ ਵੰਦਣਾ ਹੈ ਤਾਂ ਫੇਰ ਵੀ ਗੱਲ ਕਰ ਸਕਦੇ ਹੋ ਆ ਜਿਹੜੀ ਵਸ਼ੇਰੀ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਆਂ ਨਾ ਦੋਸਤੋ ਇਹ ਪੰਜਾਬ ਦੇ ਮੱਝੂ ਕੇ ਬਲੱਡ ਲਾਈਨ ਦੇ ਉਹ ਸਟੌਪ ਦੇ ਘੋੜੇ ਦੀ ਪੋਤੀ ਹੈ ਜਿਹਦਾ ਨਾਂ ਤੁਸੀਂ ਅਕਸਰ ਹੀ ਅੱਜਕੱਲ੍ਹ ਗਾਣਿਆਂ ਦੇ ਵਿੱਚ ਵਜਦਾ ਸੁਣਦੇ ਹੋ ਐਡਮ ਜਿਹੜਾ ਦੁਨੀਆ ਦੇ ਵਿੱਚ ਮਸ਼ਹੂਰ ਘੋੜਾ ਹੈ ਮੱਝੂ ਕੇ ਬਲੱਡ ਲਾਈਨ ਦਾ ਐਡਮ ਉਹਦੀ ਇਹ ਪੋਤੀ ਹੈ ਸਜਣੋ ਇਹ ਸਿਕੰਦਰ ਘੋੜਾ ਹੋਇਆ ਉਹਦੀ ਬੱਚੀ ਹੈ ਐਡਮ ਦਾ ਬੱਚਾ ਸਿਕੰਦਰ ਤੇ ਸਿਕੰਦਰ ਦੀ ਇਹ ਧੀ ਹੈ ਸਜਣੋ ਸ਼ੋਅ ਕੁਆਲਿਟੀ ਦੀ ਬੱਚੀ ਹੈ ਕੰਨਾਂ ਕੰਨਾਂ ਪੱਖੋਂ ਤੇ ਇਹਦਾ ਬਾਡੀ ਸਟਰਕਚਰ ਹੈ ਜਿਹੜਾ ਤੁਸੀਂ ਦੋਸਤੋ ਉਹ ਤੁਸੀਂ ਬਾ ਕਮਾਲ ਬਾਡੀ ਸਟਰਕਚਰ ਹੈ ਇਹਦਾ ਇਹਦੀ ਜਿਹੜੀ ਗਰਦਨ ਦੀ ਕੁਆਲਿਟੀ ਹੈ ਇਹਦੀ ਜਿਹੜੀ ਫੇਸ ਕੁਆਲਿਟੀ ਹੈ ਇਹਦੇ ਜਿਹੜੇ ਕੰਨਾਂ ਦੀ ਬੰਤਰ ਹੈ ਜਾਂ ਇਹਦਾ ਜਿਹੜਾ ਪਿੱਠ ਪੁੜਾ ਹੈ ਉਹ ਬਾ ਕਮਾਲ ਹੈ ਦੋਸਤੋ ਖੂਬਸੂਰਤੀ ਦੇ ਵਿੱਚ ਬਹੁਤ ਉਤਮ ਕੁਆਲਿਟੀ ਦੀ ਜਿਹੜੀ ਇਹ ਬਸ਼ੇਰੀ ਹੈ ਤੇ ਬਲੱਡ ਲਾਈਨ ਤਾਂ ਤੁਹਾਨੂੰ ਮੈਂ ਦੱਸੀ ਹੈ ਕਿ ਇਹ ਜਿਹੜਾ ਪਰਿਵਾਰਕ ਪਿਸ਼ੋਕੜ ਹੈ ਜਿਹੜਾ ਦੋਸਤੋ ਉਹ ਤਾਂ ਕੋਈ ਕਹਿਣਸੋਨ ਵਾਲੀ ਗੱਲ ਹੀ ਨਹੀਂ ਜਦੋਂ ਐਡਮ ਦਾ ਨਾਮ ਆ ਜੇ ਤਾਂ ਫਿਰ ਉਦੋਂ ਪਿੱਛੇ ਕੁਝ ਨਹੀਂ ਰਹਿ ਜਾਂਦਾ ਦੋਸਤੋ ਬਾਡੀ ਸਟਰਕਚਰ ਤੁਸੀਂ ਇਹਦਾ ਦੇਖ ਸਕਦੇ ਆ ਬਹੁਤ ਖੂਬਸੂਰਤ ਬਾਡੀ ਸਟਰਕਚਰ ਹੈ ਦੋਸਤੋ ਇਹ ਜਿਹੜੀ ਬਸ਼ੇਰੀ ਹੈ ਇਹ ਸ਼ੋਹਾਂ ਦੇ ਵਿੱਚ ਬਾਈ ਜੀ ਹੁਣਾਂ ਨੇ ਕਈ ਸ਼ਾਵਾਂ ਤੇ ਸ਼ੋਹਾਂ ਦੇ ਵਿੱਚ ਪਾਈ ਹੈ ਜਿੱਥੇ ਇਹਨੇ 5ਵਾਂ 6ਵਾਂ 5ਵਾਂ 6ਵਾਂ ਨੰਬਰ ਜਿਹੜਾ ਚੱਕਿਆ ਪੰਜਾਬ ਜਾਂ ਰਾਜਸਥਾਨ ਦੇ ਸ਼ੋਹਾਂ ਦੇ ਵਿੱਚ ਇਹ ਵਛੇਰੀ ਬਾਈ ਹੁਣੀ ਅਕਸਰ ਲੈ ਕੇ ਜਾਂਦੇ ਰਹੇ ਆ ਪੰਜਵਾਂ ਛੇਵਾਂ ਨੰਬਰ ਚੱਕਣ ਦਾ ਮਤਲਬ ਇਹ ਨਹੀਂ ਕਿ ਇਹਦੀ ਕੁਆਲਿਟੀ ਦੇ ਵਿੱਚ ਕਮੀ ਹੈ ਕੋਈ ਇਹਦਾ ਮਤਲਬ ਇਹ ਹੈ ਕਿ ਕਈ ਵਾਰੀ ਜਾਨਵਰ ਜਿਹੜਾ ਕਦੇ ਤੋਰ ਦੇ ਵਿੱਚ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਂਦਾ ਹੈ ਕਈ ਵਾਰੀ ਖਾੜਨ ਦੇ ਵਿੱਚ ਵੀ ਇੱਧਰ ਉੱਧਰ ਹੋ ਜਾਂਦਾ ਹੈ ਜਾਂ ਕਈ ਵਾਰੀ ਥੋੜੀ ਬਹੁਤੀ ਜੇ ਸੱਟ ਲੱਗੀ ਹੋਵੇ ਤਾਂ ਉਹਦੇ ਵੀ ਜਿਹੜੇ ਨੰਬਰ ਆਉ ਉਹ ਕੱਟੇ ਜਾਂਦੇ ਆ ਅਦਰਵਾਈਜ਼ ਇਹਦੀ ਕੁਆਲਿਟੀ ਦੇ ਵਿੱਚ ਜਿਹੜਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਕੋਈ ਇਹਦੇ ਵਿੱਚ ਘਾਟ ਨਹੀਂ ਹੈਗੀ ਇਹਦੀ ਜਿਹੜੀ ਬੰਤਰ ਹੈ ਉਹ ਤੁਸੀਂ ਦੇਖ ਸਕਦੇ ਹਾਂ ਉਮਰ ਪੱਖੋਂ ਜੇ ਇਹ ਗੱਲ ਕਰੀਏ ਤਾਂ 35 ਮਹੀਨਿਆਂ ਦੀ ਹੈ ਦੋਸਤੋ ਹਾਈਟ ਹੈ ਜਿਹੜੀ ਇਹਦੀ ਹੈ ਇਸ ਟਾਈਮ ਤੇ 63 ਇੰਚ ਹੋਈ ਵੀ ਹੈ ਬਾਕੀ ਮੇਟ ਹਲੇ ਬਾਈ ਹੋਣਾ ਨੇ ਕਰਵਾਈ ਨਹੀਂ ਇਹ ਤੇ ਇਹ ਜਿਹੜੀ ਬਸ਼ੇਰੀ ਹੈ ਦੋਸਤੋ ਬਹੁਤ ਚੰਗੀ ਬਹੁਤ ਚੰਗੀ ਬਸ਼ੇਰੀ ਜਿੰਨੀ ਵੀ ਕਹਿ ਸਕਾਂ ਉਨੀ ਚੰਗੀ ਬਸ਼ੇਰੀ ਹੈ ਜੇ ਕੋਈ ਸੱਜਣ ਚਾਹਵਣ ਹੋਇਆ ਇਸ ਬਸ਼ੇਰੀ ਤੇ ਕਿਸੇ ਦਾ ਦਿਲ ਫਰਕਦਾ ਹੋਇਆ ਤਾਂ ਗੱਲਬਾਤ ਤੁਸੀਂ ਬਾਬਾ ਜੀ ਹੁਣਾ ਦੇ ਨਾਲ ਕਰ ਸਕਦੇ ਹੋ ਦੋਸਤੋ ਐਡਮ ਦੀ ਇਹ ਪੋਤੀ ਹੈ ਸਿਕੰਦਰ ਘੋੜੇ ਦੀ ਇਹ ਧੀ ਹੈ ਦੋਸਤੋ ਇਹਦੀ ਮਾਂ ਦੀ ਵੀ ਮੈਂ ਫੋਟੋ ਨਾਲ ਲਾਤੀ ਹੈ ਬਹੁਤ ਚੰਗੀ ਹੈ ਤੇ ਆ ਇਹਦੇ ਪਿਓ ਦੀ ਵੀ ਫੋਟੋ ਹੈ ਦੋਸਤੋ ਬਹੁਤ ਟਾਪ ਕੁਆਲਿਟੀ ਇਹ ਪਰਿਵਾਰ ਪੱਖੋਂ ਇਹਦੀ ਬਲੱਡ ਲਾਈਨ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਬਹੁਤ ਚੰਗੀ ਹੈ ਦੋਸਤੋ ਤੀਜੇ ਨੰਬਰ ਤੇ ਆ ਇੱਕ ਘੋੜੀ ਤੁਸੀਂ ਚੈੱਕ ਕਰਿਓ ਦੋਸਤੋ ਇਹਦਾ ਸਟਾਈਲ ਚੈੱਕ ਕਰਿਓ ਇਹਦਾ ਐਟੀਟਿਊਡ ਜਿਹੜਾ ਉਹ ਚੈੱਕ ਕਰ ਲਿਓ ਇਦੀ ਜਿਹੜੀ ਬੰਤਰ ਹੈ ਉਹ ਵੀ ਚੈੱਕ ਕਰਿਓ ਕਿਉਂਕਿ ਘੋੜੀ ਭਾਵੇਂ ਚੰਬੀ ਹੈ ਪਰ ਇਹਦਾ ਜਿਹੜੀਆਂ ਬੰਤਰ ਹੈ ਇਹਦਾ ਜਿਹੜਾ ਸਾਰਾ ਰੰਗ ਰੂਪ ਹੈ ਉਹ ਸੱਜਣੋ ਮਾਰਵਾੜੀ ਹੈ ਆ ਤੁਸੀਂ ਦੇਖ ਕੇ ਦੱਸਿਓ ਵੀ ਕਿਵੇਂ ਲੱਗੀ ਇਹ ਘੋੜੀ ਇਹਦੀ ਜਿਹੜੀ ਗਰਦਨ ਦੀ ਕੁਆਲਿਟੀ ਹੈ ਤੁਸੀਂ ਦੇਖਿਓ ਇਹਦੀ ਜਿਹੜੀ ਖੜਨੀ ਹੈ ਜਾਂ ਇਹਦੀ ਜਿਹੜੀ ਚਾਲ ਢਾਲ ਹੈ ਉਹ ਵੱਖਰੀ ਹੈ ਬੜੇ ਐਟੀਟਿਊਡ ਵਾਲੀ ਘੋੜੀ ਹੈ ਨਖਰਾ ਜਿਹੜਾ ਇਹਦੇ ਵਿੱਚ ਉਹ ਜਿੰਨਾ ਕਹਿ ਰਹੀਏ ਓਨਾ ਹੀ ਥੋੜਾ ਐ ਦੋਸਤੋ ਇਹਨੇ ਪੂਸ਼ ਹੈ ਜਿਹੜੀ ਉਹ ਥੱਲੇ ਕਰੀ ਨਹੀਂ ਨਾ ਇਹਨੇ ਕੋਈ ਗਰਦਨ ਸੈੱਟ ਕੇ ਤਰੀ ਹੈ ਬਿਲਕੁਲ ਐਦਾਂ ਪੂਰੇ ਰੋਪ ਦੇ ਵਿੱਚ ਪੂਰੇ ਮੂਡ ਦੇ ਵਿੱਚ ਤੇ ਪੂਰੇ ਪੋਜ਼ ਦੇੰਦੇ ਰੂਪ ਦੇ ਵਿੱਚ ਮਿਲ ਕੇ ਸਾਰਾ ਟਾਈਮ ਜਿਹੜੀ ਇਹ ਰਹੀ ਹੈ ਦੋਸਤੋ ਇਹਦੀ ਜਿਹੜੀ ਤੁਸੀਂ ਲੈਂਥ ਚੈੱਕ ਕਰਿਓ ਆਮ ਘੋੜੀਆਂ ਦੇ ਨਾਲੋਂ ਕਾਫੀ ਜ਼ਿਆਦਾ ਐ ਦੋਸਤੋ ਸੋ ਜਿਹੜੀ ਘੋੜੀ ਦੀ ਲੰਬੇਟ ਜ਼ਿਆਦਾ ਹੋਵੇ ਉਹ ਅਕਸਰ ਆਪਾਂ ਸੋੰਦੇ ਆ ਕਿ ਉਹ ਬੱਚੇ ਜਿਹੜੇ ਬਹੁਤ ਚੰਗੇ ਤੇ ਵੱਡੇ ਦਿੰਦੀ ਹੈ ਦੋਸਤੋ ਆ ਤੁਸੀਂ ਇਹਦੀ ਲੰਬੇਟ ਚੈੱਕ ਕਰ ਲਓ ਇੱਕ ਵਾਰ ਬਹੁਤ ਲੰਬੀ ਘੋੜੀ ਹੈ ਕੱਦ ਦੀ ਜੇ ਗੱਲ ਕਰਾਂ ਤਾਂ ਦੋਸਤੋ ਇਸ ਘੋੜੀ ਦਾ ਕੱਦ ਹੈ ਜਿਹੜਾ 61.5 ਇੰਚ ਬਾਈ ਹੁਣੇ ਦੱਸਿਆ ਬਾਕੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋਈ ਵੀ ਹੈ ਇਹ ਨੁਕਰਾ ਘੋੜਾ ਅਰਜਨ ਰੌਲੀ ਵਾਲੇ ਦਾ ਬੱਚਾ ਪੰਜਾਬ ਸਿਓ ਘੋੜਾ ਜੀਤੋ ਇਹ 3 ਮਹੀਨੇ ਦੀ ਗੱਭਣ ਚੈੱਕ ਪਾਸ ਆ ਦੋਸਤੋ ਚਾਹਣੇ ਤੇ ਸੁਹਾਗੇ ਵਾਲੀ ਗੱਲ ਹੈ ਬਹੁਤ ਲੰਬੀ ਘੋੜੀ ਹੈ ਬਹੁਤ ਖੂਬਸੂਰਤ ਘੋੜੀ ਹੈ ਬਿਊਟੀ ਇਹਦੇ ਵਿੱਚ ਜਿਹੜੀ ਦੋਸਤੋ ਉਹ ਬਹੁਤ ਹੈ ਤੇ ਬਾਕੀ 3 ਮਹੀਨੇ ਦੀ ਜਿਹੜੀ ਗੱਭਣ ਚੈੱਕ ਪਾਸ ਹੋਈ ਵੀ ਹੈ ਚੰਗਾ ਘੋੜਾ ਨੁਕਰਾ ਜੀਤੋ ਇਹ ਅੱਗੇ ਗੱਭਣ ਹੋਈ ਵੀ ਹੈ ਬਹੁਤ ਵਧੀਆ ਬੱਚਾ ਦੇਣ ਦੀ ਜਿਹੜੀ ਇਹ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਕਿਉਂਕਿ ਲੰਬੇਟ ਬਹੁਤ ਜ਼ਿਆਦਾ ਹੈ ਕੱਦ ਵੀ ਬਹੁਤ ਵਧੀਆ ਦੋਸਤੋ ਤੇ ਕੁਆਲਿਟੀ ਜਿਹੜੀ ਇਹਦੀ ਹੈਗੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਇੱਕ ਬਿਲਕੁਲ ਮਾਰਵਾੜੀਆਂ ਵਾਲੇ ਜਿਹੜੇ ਇਹਦੇ ਕਰੈਕਟਰ ਉਹ ਏਸ ਘੋੜੀ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲਣਗੇ ਜੇ ਤੁਸੀਂ ਜਾਓਗੇ ਬਹੁਤ ਚੰਗੀ ਘੋੜੀ ਐ ਏਸ ਘੋੜੀ ਬਾਰੇ ਵੀ ਤੁਸੀਂ ਬਾਬਾ ਜੀ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਆ ਜੇ ਕਿਸੇ ਸੱਜਣ ਨੂੰ ਪਸੰਦ ਆਉਂਦੀ ਐ ਤੀਜੇ ਨੰਬਰ ਤੇ ਸੱਜਣੋਂ ਇੱਕ ਹੋਰ ਘੋੜੀ ਤੁਹਾਨੂੰ ਜਿਹੜੀ ਇਹ ਵੀ ਉਸੇ ਬਲੱਡ ਲਾਈਨ ਦੀ ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਦਿਖਾਉਣ ਲੱਗੇ ਆ ਨੀਲੀ ਘੋੜੀ ਇਹ ਇਸ ਰੰਗ ਦੇ ਵਿੱਚ ਜਾਂ ਇਦਾਂ ਦੀਆਂ ਘੋੜੀਆਂ ਜਿਹੜੀਆਂ ਦੋਸਤੋ ਉਹ ਆਮ ਵੇਖਣ ਨੂੰ ਨਹੀਂ ਮਿਲਦੀਆਂ ਬਹੁਤ ਰੇਅਰ ਜਿਹੜਾ ਆ ਰੰਗ ਹੈਗਾ ਮੱਝੂ ਕੇ ਬਲੱਡ ਲਾਈਨ ਦਾ ਇਹ ਤੇ ਆਪਾਂ ਕਹਿ ਸਕਦੇ ਹਾਂ ਵੀ ਮੱਝੂ ਕੇ ਬਲੱਡ ਲਾਈਨ ਦਾ ਕਾਪੀਰਾਈਟ ਵੀ ਆ ਸਕਦਾ ਕਿਉਂਕਿ ਇਹ ਰੰਗ ਹੈ ਜਿਹੜਾ ਬਹੁਤ ਆਮ ਘੋੜੀਆਂ ਦੇ ਵਿੱਚ ਨਹੀਂ ਮਿਲਦਾ ਬਹੁਤ ਚੰਗੀ ਬਰੀਡਰ ਘੋੜੀ ਹੈ 7-8 ਸਾਲ ਉਮਰ ਦੀ ਤੇ ਬੱਚੇ ਦੇ ਇਹਨੂੰ ਬਹੁਤ ਟਾਪ ਕੁਆਲਟੀ ਹੈ ਸੱਜਣੋ ਬਹੁਤ ਚੰਗੇ ਬੱਚੇ ਦੇ ਜਿਹੜੇ ਅੱਗੇ ਬਾਈ ਜੀ ਹੁਣਾਂ ਨੇ ਦੱਸਿਆ ਵੀ ਆਏ ਐ ਤੇ ਬਾਕੀ ਇਹਦੇ ਬਾਡੀ ਬੰਤਰ ਨੂੰ ਦੇਖ ਕੇ ਇਹਨੂੰ ਆਪਾਂ ਅੰਦਾਜ਼ਾ ਜਿਹੜਾ ਚੰਗਾ ਕੋਈ ਬਰੀਡਰ ਬੰਦਾ ਉਹ ਲਾ ਸਕਦਾ ਕਿ ਇਹ ਬਹੁਤ ਵਧੀਆ ਬੱਚਾ ਜਿਹੜਾ ਇਹ ਘੋੜੀ ਤੋਂ ਆਪਾਂ ਪ੍ਰੋਡਿਊਸ ਕਰਵਾ ਸਕਦੇ ਹਾਂ ਬਹੁਤ ਚੰਗੀ ਘੋੜੀ ਹੈ ਖੁੱਲੇ ਪੇੜ ਦੀ ਹੈ ਖੁੱਲੇ ਬਾਡੀ ਬੰਤਰ ਦੀ ਹੈ ਮਜ਼ਬੂਤ ਵੀ ਹੈ ਤੇ ਚੰਗੀ ਸੋਹਣੀ ਘੋੜੀ ਹੈ ਦੋਸਤੋ 7 ਸਤਕ ਸਾਲ ਇਹਦੀ ਉਮਰ ਆ ਦੋਸਤੋ 60 ਇੰਚ ਇਸ ਘੋੜੀ ਦਾ ਕੱਦ ਹੈ ਇਸ ਟਾਈਮ ਤੇ ਮੇਟ ਕਰਵਾਉਣੀ ਆ ਬਾਬਾ ਜੀ ਹੁਣਾਂ ਨੇ ਦੱਸਿਆ ਸੀ ਵੀ ਇਹ ਹੀਟ ਦੇ ਵਿੱਚ ਆਈ ਹੈ ਘੋੜੀ ਜਿੱਦਾਂ ਵੀਡੀਓ ਬਣਾਈ ਹੈ ਉਦੋਂ ਡਾਕਟਰ ਸਾਹਿਬ ਨੇ ਆਉਣਾ ਸੀਗਾ ਮੇਟ ਕਰਵਾਉਣੀ ਸੀਗੀ ਅ ਬਾਕੀ ਤੁਸੀਂ ਨੰਬਰ ਬਾਬਾ ਜੀ ਹੁਣਾਂ ਦਾ ਚੱਲਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲਿਓ ਦੋਸਤੋ ਮੇਟ ਕਰਵਾਈ ਹੈ ਜਾਂ ਨਹੀਂ ਕਰਵਾਈ ਉਹਨਾਂ ਨੇ ਕਿਹਾ ਸੀ ਵੀ ਜੇ ਮੇਟ ਕਰਵਾ ਕੇ ਦੇਵਾਂਗੇ ਜੇ ਕੋਈ ਸੱਜਣ ਹੋ ਜਾਊਗਾ ਤਾਂ ਚੈੱਕ ਪਾਸ ਵੀ ਆਪਾਂ ਕਰਵਾ ਕੇ ਦੇ ਸਕਦੇ ਆ ਦੋਸਤੋ ਬਾਕੀ ਕਈ ਵਾਰੀ ਇਦਾਂ ਕੋਈ ਸੱਜਣ ਮਿੱਤਰ ਹੁੰਦੇ ਆ ਵੀ ਅਸੀਂ ਆਪ ਦੇ ਮਨਪਸੰਦ ਦੇ ਘੋੜੇ ਤੋਂ ਮੇਟ ਕਰਵਾਉਣੀ ਆ ਤਾਂ ਫੇਰ ਵੀ ਦੋਸਤੋ ਤੁਸੀਂ ਇਸ ਘੋੜੀ ਬਾਰੇ ਵਿਚਾਰ ਕਰ ਸਕਦੇ ਆ ਜੇ ਨਾਂ ਵੀ ਮੇਟ ਕਰਵਾਈ ਹੋਈ ਤਾਂ ਤੁਸੀਂ ਆਪਣੀ ਮਰਜ਼ੀ ਦੇ ਕਿਸੇ ਚੰਗੇ ਘੋੜੇ ਤੋਂ ਤੁਸੀਂ ਹੋਰ ਕਿਸੇ ਘੋੜੇ ਤੋਂ ਮਨਪਸੰਦ ਦੇ ਘੋੜੇ ਤੋਂ ਮੇਟ ਕਰਵਾਉਣੀ ਹੋਵੇ ਤਾਂ ਘੋੜੀ ਲੈ ਕੇ ਤੁਸੀਂ ਇਹ ਮੇਟ ਕਰਵਾ ਸਕਦੇ ਆ ਬਹੁਤ ਸੋਹਣੀ ਘੋੜੀ ਐ ਬੱਚੇ ਦੇ ਵਾਸਤੇ ਬਹੁਤ ਚੰਗੀ ਐ ਜੇ ਕਿਸੇ ਸੱਜਣ ਨੇ ਬਰੀਡਿੰਗ ਲਈ ਲੈਣੀ ਐ ਬੱਚੇ ਲੈਣ ਲਈ ਦੇਣੀ ਐ ਤਾਂ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਇਸ ਕਲਰਤੀ ਜਾਂ ਇਸ ਤਰ੍ਹਾਂ ਦੀ ਕੁੜੀ ਇਹ ਤੋਂ ਵਧੀਆ ਕੋਈ ਹੋਰ ਚੁਆਇਸ ਜਿਹੜੀ ਆ ਉਹ ਨਹੀਂ ਹੋ ਸਕਦੀ ਦੋਸਤੋ ਸੋ ਗੱਲਬਾਤ ਕਰ ਲਿਓ ਤੁਸੀਂ ਇੱਕ ਹੋਰ ਸੱਜਣੋ ਆ ਬਸ਼ੇਰੀਏ ਬਾਬਾਈ ਹੁਣਾਂ ਦੇ ਕੋਲੇ ਇਹ ਜਿਹੜੀ ਬਸ਼ੇਰੀਏ ਲਗਭਗ 36 37 ਮਹੀਨੇ ਉਮਰ ਇਸ ਬਸ਼ੇਰੀ ਦੀ ਜਿਹੜੀ ਇਸ ਟਾਈਮ ਤੇ ਹੋਈ ਵੀ ਐ ਮੀਟ ਇਹ ਕਰਵਾਈ ਨਹੀਂ ਹੈਗੀ ਬਾਬਾਈ ਹੁਣਾਂ ਨੇ ਹਲੇ ਮੀਟ ਨਹੀਂ ਕਰਵਾਈ ਖਾਲੀ ਐ ਇਸ ਟਾਈਮ ਤੇ ਹਾਈਟ ਦੀ ਜੇ ਗੱਲ ਕਰੀਏ ਤਾਂ 59 ਇੰਚ ਹਾਈਟ ਜਿਹੜੀ ਇਹਦੀ ਬੱਚੀ ਦੀ ਦੱਸੀ ਹੈ ਇਹ ਰਾਜ ਹੰਸ ਘੋੜਾ ਜਿਹੜਾ ਸਜਣੋਂ ਬਾਦਲਾਂ ਵਾਲਾ ਉਸ ਘੋੜੇ ਦੀ ਇਹ ਬੱਚੀ ਹੈ ਬਾਬਾਈ ਹੁਣਾਂ ਨੇ ਦੱਸਿਆ ਵੀ ਰਾਜ ਹੰਸ ਦੀ ਧੀ ਹੈ ਇਹ ਬਸ਼ੇਰੀ ਸੋਹਣੀ ਹੈ ਕੋਈ ਕਮੀ ਪੇਸ਼ੀ ਨਹੀਂ ਇਹਦੇ ਵਿੱਚ ਜਿਹੜੀ ਇਹਦੀ ਮਾਰਕਿੰਗ ਮੱਥੇ ਪਟਾ ਤੁਸੀਂ ਦੇਖ ਸਕਦੇ ਆ ਬਾਕੀ ਇਹਦਾ ਜਿਹੜਾ ਬਾਡੀ ਸਟਰਕਚਰ ਹੈ ਉਹ ਵੀ ਤੁਸੀਂ ਦੇਖ ਲਓ ਦੋਸਤੋ ਬਹੁਤ ਚੰਗੀ ਸੋਹਣੀ ਬਸ਼ੇਰੀ ਹੈ ਆ ਹਾਈਟ ਜਿਹੜੀ ਆਪਾਂ ਮੰਨ ਸਕਦੇ ਆਂ ਵੀ ਐਵਰੇਜ ਹਾਈਟ ਹੈ 59 ਇੰਚ ਹਾਈਟ ਜਿਹੜੀ ਇਸ ਟਾਈਮ ਤੇ ਇਸ ਬੱਚੀ ਦੀ ਹੋਈ ਵੀ ਹੈ ਹੋ ਸਕਦਾ ਥੋੜੀ ਬਹੁਤ ਹੀ ਹਾਈਟ ਇਹ ਅੱਗੇ ਕਰ ਵੀ ਜਾਵੇ ਪਰ ਜੇ ਕੁਆਲਟੀ ਵਾਈਜ਼ ਦੇਖੀਏ ਜਾਂ ਇਹਦੀ ਬੈਕਗ੍ਰਾਉਂਡ ਪਰਿਵਾਰਕ ਪੱਖ ਤੋਂ ਦੇਖੀਏ ਜਿਹੜਾ ਇਹਦਾ ਪਰਿਸ਼ੋਕਰ ਹੈ ਤਾਂ ਉਹ ਚੰਗੇ ਖਾਨਦਾਨ ਦੇ ਵਿੱਚੋਂ ਇਹ ਜਿਹੜੀ ਬਸ਼ੇਰੀ ਹੈ ਦੋਸਤੋ 36 37 ਮਹੀਨੇ ਇਸ ਬਸ਼ੇਰੀ ਦੀ ਉਮਰ ਹੈ ਰਾਜ ਹੰਸ ਦੀ ਇਹ ਬੱਚੀ ਹੈ ਬਾਦਲਾਂ ਵਾਲੇ ਦੀ ਹਾਈਟ ਹੈ ਜਿਹੜੀ ਇਹਦੀ 59 ਇੰਚਾ ਦੋਸਤੋ ਸੋ ਜੇ ਕੋਈ ਸੱਜਣ ਚਾਹਵਾਨ ਹੋਇਆ ਤਾਂ ਇਹਦੇ ਬਾਰੇ ਵੀ ਤੁਸੀਂ ਜਿਹੜੀ ਗੱਲਬਾਤ ਬਾਬਾਈ ਹੁਣਾਂ ਦੇ ਨਾਲ ਕਰ ਸਕਦੇ ਆ ਸੋ ਉਮੀਦ ਕਰਦਾ 5 ਜਨਵਾਰ ਤੁਹਾਨੂੰ ਦਿਖਾਏ ਆ ਪੰਜਾਂ ਚੋਂ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਸੇ ਬਾਰੇ ਤੁਸੀਂ ਜਿਹੜੀ ਗੱਲਬਾਤ ਬਾਬਾਈ ਹੁਣਾਂ ਨਾਲ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲਦੇ ਆ ਏਰੀਆ ਜਿਹੜਾ ਉਹ ਕਪੂਰਥਲਾ ਦੋਸਤੋ ਕਪੂਰਥਲਾ ਖਾਸੀ ਕਾਂਜਲੀ ਰੋਡ ਤੇ ਬਾਬਾਈ ਹੁਣਾਂ ਦਾ ਢਾਲੀਵਾਲ ਸਟੱਡ ਫਾਰਮ ਦੇ ਨਾਮ ਦੇ ਨਾਲ ਜਿਹੜਾ ਸਟੱਡ ਫਾਰਮ ਹੈ ਇੱਥੇ ਜਾਨਵਰ ਖੜੇ ਆ ਸਾਰੇ ਉਮੀਦ ਕਰਦਾ ਜਿੰਨੇ ਵੀ ਜਾਨਵਰ ਤੁਹਾਨੂੰ ਦਿਖਾਏ ਆ ਜਿੰਨੀ ਵੀ ਡਿਟੇਲ ਤੁਹਾਨੂੰ ਦੱਸੀ ਹੈ ਉਹ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਬਾਕੀ ਦੋਸਤੋ ਇਨਸਾਨ ਹੈ ਭੁੱਲਣ ਜੋਗ ਹੁੰਦਾ ਕਈ ਵਾਰੀ ਕੋਈ ਗਲਤੀ ਵੀ ਰਹਿ ਜਾਂਦੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਤੁਸੀਂ ਆਪਣਾ ਛੋਟਾ ਵੀਰ ਸਮਝ ਕੇ ਉਸ ਲਈ ਮਾਫੀ ਵੀ ਤੁਸੀਂ ਦੇ ਸਕਦੇ ਆ ਮੈਨੂੰ ਮੈਂ ਤੁਹਾਤੋਂ ਇਹ ਉਮੀਦ ਕਰਦਾ ਸੋ ਕਰੋ ਗੱਲਬਾਤ ਨੰਬਰ ਬਾਬਾ ਜੀ ਹੁਣਾਂ ਦੇ ਚੱਲਦੇ ਆ ਸਕਰੀਨ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ